ਸਤਿ ਸ਼੍ਰੀ ਅਕਾਲ ਦੋਸਤੋ, ਅਤੇ ਅੱਜ ਆਪਾਂ ਵੀਡੀਓ ਲੈ ਕੇ ਆਇਆਂਗੇ ਦਰਸ਼ਨ ਸਿੰਘ ਬਾਪੂ ਦੀ, ਧਨੌਲੇ ਵਾਲੇ। ਉਹਨਾਂ ਦੀ ਆਪਾਂ ਜੀਵਨੀ ਬਾਰੇ ਗੱਲ ਕਰਾਂਗੇ। ਬਾਪੂ, ਆਪਦੀ ਤੁਹਾਡੀ ਜੀਵਨੀ ਬਾਰੇ ਦੱਸਿਓ। ਜੀਵਨੀ ਬਾਰੇ ਸਭ ਤੋਂ ਪਹਿਲਾ ਸਵਾਲ ਹੈ ਜਿਹੜਾ ਤੁਸੀਂ ਕੀਤਾ। ਹਾਂਜੀ, ਕਿ ਮੈਂ ਪਿਓਰ ਛਮਿਆਰ ਹਾਂ। ਠੀਕ ਹੈ ਜੀ। ਕਿਉਂਕਿ ਸਾਡਾ ਗੁਰੂ ਕਹਿ ਕੇ ਗਿਆ, ਮੇਰੀ ਜਾਤ ਕਮੀਨੀ ਪਾਤ ਕਮੀਨੀ, ਠੀਕ ਹੈ ਜੀ, ਓਛਾ ਜਨਮ ਹਮਾਰਾ, ਤੁਮ ਸ਼ਰਨਾਗਤ ਰਾਜਾ ਰਾਮਚੰਦ ਕਹੇ ਰਵਿਦਾਸ ਸੁਮਾਰਾ। ਠੀਕ ਹੈ ਜੀ। ਗੁਰੂ ਗ੍ਰੰਥ ਸਾਹਿਬ ਦੇ ਵੀ ਸ਼ਬਦ ਦਰਜ ਹੈ, ਉਸ ਕਰਕੇ ਮੈਂ ਉਸ ਬਾਬੇ ਰਵਿਦਾਸ ਦੀ ਬਾਣੀ ਦਾ ਇੱਕ ਨਾਂ ਚੀਜ਼ ਹਾਂ, ਉਹਨਾਂ ਦੇ ਚਰਨਾਂ ਦਾ ਭੋਰ ਹੈ। ਸੋ ਅਗਲਾ ਸਵਾਲ ਦੱਸੋ ਤੁਸੀਂ ਬਾਪੂ, ਕੰਮ ਕੀ ਕਰ, ਮਤਲਬ ਛੋਟੇ ਹੁੰਦੇ ਤੋਂ ਤੁਸੀਂ ਇਹੀ ਕੀਤੀ ਹੈ? ਠੀਕ ਹੈ। ਜਿੰਨੇ ਕੁ ਪੜ੍ਹੇ ਹਾਂ, ਬਹੁਤ ਪੜ੍ਹੇ ਹਾਂ। ਸਾਡਾ ਬਾਪ ਸੀ ਅਮਲੀ, ਜਿਹਦਾ ਨਾਂ ਸੀ ਕਿਰਪਾਲ ਸਿੰਘ। ਮੇਰੀ ਮਾਂ ਦਾ ਨਾਮ ਹੈ ਬਚਨ ਕੌਰ। ਅਸੀਂ ਪੰਜ ਭਰਾ, ਛੇਵੀਂ ਸਾਡੀ ਭੈਣ ਹੈ। ਹਾਂਜੀ। ਸਾਡਾ ਬਾਪ ਨਸ਼ਈ ਸੀ, ਅਮਲੀ ਸੀ ਫੀਮ ਦਾ। ਹਾਂਜੀ ਹਾਂਜੀ। ਸਾਡੀ ਮਾਂ ਇੱਕ ਸਹਿਣਸ਼ੀਲ ਔਰਤ ਸੀ, ਉਹ ਘਰੋਂ ਚਾਹੇ ਕੁਛ ਵੀ ਲੈ ਜਾਂਦਾ ਚੱਕ ਕੇ। ਸਾਡੀ ਮਾਂ ਕਦੇ ਸ਼ਿਕਾਇਤ ਨਹੀਂ ਸੀ ਕਰਦੀ, ਮੁੰਡਿਆਂ ਕੋਲ ਦੱਸਦੀ ਸੀ ਵੀ ਅੱਜ ਉਹ ਐਂ ਕਰ ਗਿਆ, ਉਹ ਕਰ ਗਿਆ, ਕਿਉਂਕਿ ਜਿਹੜਾ ਨਸ਼ਈ ਬੰਦਾ ਉਹਨੂੰ ਤਾਂ ਨਸ਼ੇ ਤੱਕ ਮਤਲਬ ਹੈ। ਉਹਨੇ ਸਾਡੇ ਵੱਲ ਕੋਈ ਧਿਆਨ ਨਹੀਂ ਦਿੱਤਾ। ਸਾਡਾ ਪਾਲਣ ਪੋਸ਼ਣ ਸਾਡੇ ਵੱਡੇ ਭਰਾ ਸਾਧਾਂ ਵਰਗੇ ਨੇ, ਜਿਹਦਾ ਨਾਂ ਸੀ ਬੰਤ ਸਿੰਘ। ਬੜੇ ਬੜੇ ਘਰਾਂ ਨਾਲ ਸੀਰ ਲਾਏ। ਉਸ ਟਾਈਮ 'ਚ 50 ਮਣ ਦਾਣੇ ਕਿਸੇ ਸੀਰੀ ਨੂੰ ਆਉਂਦੇ ਨਹੀਂ ਸੀ, 20 ਮਣ, 25 ਮਣ, 18 ਮਣ ਇੱਥੇ ਖੜ੍ਹ ਜਾਂਦੀ, ਕਿਉਂਕਿ ਹੱਥੀਂ ਖੇਤੀ ਸੀ। ਉਹ ਇਹੋ ਜਿਹੇ ਜੱਟਾਂ ਨਾਲ ਸੀਰ ਲਾਏ, ਨਹਿਰਾਂ ਨਾਲ, ਹੋਰ 50 ਮਣ ਤੋਂ ਘੱਟ ਕਦੇ ਕਣਕ ਉਹਦੇ ਗੱਡੇ 'ਚ ਆਈ ਨਹੀਂ ਸੀ। ਉਹਨੇ ਸਾਡਾ ਪਾਲਣ ਪੋਸ਼ਣ ਕੀਤਾ ਸਾਰਿਆਂ ਦਾ। ਹਾਂਜੀ ਹਾਂਜੀ। ਉਹ ਸਾਧ ਮਤੇ 'ਚ ਹੀ ਜਾਣੇ ਬਿਨਾਂ ਮੰਗੇ ਵਿਆਹੇ ਭਗਵਾਨ ਨੂੰ ਪਿਆਰਾ ਹੋ ਗਿਆ। ਪਰ ਕੰਮ ਆ ਐਡਾ ਸੀ, ਉਹਦੀ ਭਰੀ ਦੇਖ ਕੇ ਬਤਾਰੂ ਵੀ ਝੰਗਾੜਾ ਮਾਰ ਜਾਂਦਾ ਜੀ, ਮੈਥੋਂ ਨਹੀਂ ਬਾਹਰ ਚੱਕਿਆ ਜਾਣਾ। 4 ਕਿਲੋਮੀਟਰ ਹੈ ਖੇਤ ਸਾਤੋਂ। ਹਾਂਜੀ। 4 ਕਿਲੋਮੀਟਰ ਉਹ ਮੌਜਣਾ ਬੀੜੀਆਂ ਪਿੰਡਾਂ ਤੁਰ ਆਉਂਦਾ ਧਰ ਕੇ ਭਰੀ ਸਿਰ 'ਤੇ। ਲੋਕਾਂ ਨੇ ਉਹਦਾ ਨਾ ਬਤਾਰੂ ਹੀ ਧਰ ਲਿਆ ਸੀ, ਕਹਿੰਦੇ ਉਹ ਜਾਂਦੇ ਬੰਦ ਬੰਦ ਤੁਹਾਡਾ ਰੇਂਜ ਅਫਸਰ। ਉਹ ਕਹਿੰਦਾ ਵੀ 2 ਮੁੱਠੀਆਂ ਨੇ ਸਫੈਦੇ ਦਾ ਬੀਜ ਉਹਨੂੰ ਫੜਾਤਾ। ਹਾਂਜੀ। ਮਕੰਦ ਸਿੰਘ ਨੂੰ ਕਹਿੰਦਾ ਵੀ ਸਫੈਦਾ ਬੀਜਣਾ। ਹਾਂਜੀ। ਉਹ ਕਹਿੰਦਾ ਜੀ ਮੈਨੂੰ ਨਹੀਂ ਆਉਂਦਾ। ਅਸੀਂ ਕਿਹਾ ਵੀ ਤੂੰ ਤਨਖਾਹ ਐਵੇਂ ਲਈ ਜਾਂਦਾ ਮੈਂ ਕਿ ਮੇਰੀ। ਹਾਂਜੀ ਹਾਂਜੀ। ਕਹਿੰਦਾ ਬਸ ਮੈਂ ਤਾਂ ਐਂ ਲੈਣਾ। ਉਹ ਰੇਂਜ ਸਾਹਿਬ ਵੀ ਕਹਿੰਦੇ ਛੱਡੋ ਪਰੇ ਕਾਹਨੂੰ ਜਿੱਤਦੇ ਹੋ, ਗੌਰਮੈਂਟ ਦਾ ਰੱਖਿਆ, ਗੌਰਮੈਂਟ ਤਨਖਾਹ ਦਿੰਦੀ, ਆਪਾਂ ਕੀ ਲੈਣਾ ਤੋਂ। ਹਾਂਜੀ। ਵੀ ਕਹਿੰਦੇ ਤੁਸੀਂ ਬੀਜ ਦਿਓ ਜੀ। ਮੈਂ ਤਾਂ ਸਾਧੂ, ਸਾਡੇ ਪਿੰਡੋਂ ਜੋੜੀ ਹੁੰਦੀ ਸਾਡੀ। ਅਸੀਂ ਕਿਹਾ ਫਿਰ ਸਾਨੂੰ 4 ਝਾਰਨੇ ਲਿਆ ਕੇ ਦਿਓ। ਹਾਂਜੀ। ਕਹਿੰਦਾ ਉਹ ਕੀ ਕਰਨੇ ਨੇ? ਅਸੀਂ ਕਿਹਾ ਮਿੱਟੀ ਛਾਣਾਂਗੇ। ਅੱਛਾ ਜੀ। ਮਿੱਟੀ ਕਿਉਂ ਛਾਣਨੀ ਹੈ? ਬੀ ਸਫੈਦੇ ਦਾ ਖਸ ਖਸ ਤੋਂ ਵੀ ਜ਼ਿਆਦਾ ਬਰੀਕ ਹੈ, ਖਸ ਖਸ ਦੇ ਦਾਣੇ ਤੋਂ ਵੀ ਛੋਟਾ। ਹਾਂਜੀ। ਵੀ ਜੇ ਇਹ ਇੱਕ ਤਿੜ ਖੱਬਲ ਦੀ ਹੋਊਗੀ 15 ਬੂਟੇ ਪਟ ਲਿਆ ਕਰੂ। ਹਾਂਜੀ ਹਾਂਜੀ। ਇਹਦੇ 'ਚ ਤਿੜ ਖੱਬਲ ਦੀ ਅਸੀਂ ਛੱਡਣੀ ਨਹੀਂ, ਨਾ ਮੋਥਲਾ ਛੱਡਣਾ। ਹਾਂਜੀ। ਛਾਣ ਛਾਣ ਕੇ ਅਸੀਂ ਉਹ ਬੈੱਡ ਬਣਾ ਕੇ ਉਹਦੇ ਵਿੱਚ ਬਰੇਤੀ ਰਲਾ ਕੇ, ਹਾਂਜੀ, ਉਦੋਂ ਦੁੱਗਣੀ ਬਰੇਤੀ ਰਲਾ ਕੇ ਉਹਦੇ ਵਿੱਚ ਉਹ ਬੈੱਡਾਂ 'ਤੇ ਪਾਤੀ, ਉੱਤੇ ਪਰਾਲੀ ਦੇ ਤੀ। ਜਾਣੀ ਕੋਈ ਤੁਹਾਡਾ ਨਾਮ ਹੈਲ ਕਰਤੀ। ਅਸੀਂ ਕਿਹਾ ਜੀ ਇੱਦਾਂ ਹੀ ਸਫੈਦੇ ਨੂੰ ਗੇੜ ਗੇੜ ਹੋਣ ਲੱਗੀ, ਇੱਦਾਂ ਨਿੱਕਾ ਹੈ, ਦੇਖੀ ਚਲੋ ਤੁਸੀਂ। ਕਹਿੰਦੇ ਬਹੁਤ ਅੱਛਾ। ਉੱਥੇ ਇੱਕ ਹੁੰਦਾ ਪਰਮਜੀਤ ਸ਼ਰਮਾ,
ਠੀਕ ਹੈ ਜੀ। ਉਹ ਡਿਪਟੀ ਰੇਂਜਰ ਸੀ। ਅੱਛਾ ਜੀ। ਉਹ ਇੱਕ ਦਿਨ ਬੈਠੇ ਬੈਠੇ ਕਹਿੰਦਾ ਵਾ ਕੇ ਸਾਡੇ ਕੋਲ, ਕਹਿੰਦਾ ਵੀ ਤੁਹਾਡੇ 'ਚੋਂ ਮੈਨੂੰ ਕੋਈ ਜਾਣਦਾ? ਹਾਂਜੀ। ਸਾਰੇ ਮੁੰਡੇ ਬੈਠੇ ਜੀ ਨੇ ਚੁੱਪ, ਕਿਉਂ ਜੀ ਕੋਈ ਜਾਣਦਾ ਹੋਵੇ ਤਾਂ ਦੱਸੇ। ਮੈਂ ਕਿਹਾ ਜੀ ਮੈਂ ਜਾਣਦਾ। ਠੀਕ। ਕਹਿੰਦਾ ਤੂੰ ਮੈਨੂੰ ਕਿਵੇਂ ਜਾਣਦਾ? ਮੈਂ ਕਿਹਾ ਤੁਸੀਂ ਸਾਨੂੰ ਤੀਜੀ ਜਮਾਤ ਨੂੰ ਪੜ੍ਹਾਉਂਦੇ ਰਹੇ ਹੋ, ਧਨੌਲੇ ਸਕੂਲ 'ਚ ਹੁੰਦੇ ਸੀ ਨਾ। ਅੱਛਾ ਜੀ। ਉੱਠ ਕੇ ਮੈਨੂੰ ਥਾਪੀ ਦਿੱਤੀ, ਕਹਿੰਦਾ ਵਾ ਉਹ ਮਾਂ ਦਾ ਪੁੱਤਾ ਬੜਾ ਯਾਦ ਰੱਖਿਆ। ਮੈਂ ਕਿਹਾ ਜੀ ਮੈਂ ਤੁਹਾਨੂੰ ਦੇਖਣ ਸਾਰੀ ਦੇਖ ਲਿਆ ਜੀ, ਮੇਰੇ ਤਾਂ ਮਾਸਟਰ ਜੀ ਨੇ ਆਪਣੇ। ਅੱਛਾ ਜੀ। ਅਤੇ ਉਹ ਦੇਖ ਕੇ ਮੇਰਾ ਸਾਈਕਲ ਟੁੱਟਿਆ ਜਾ ਸੀ, ਮੈਂ ਹੁਣ ਸਾਈਕਲ ਨਹੀਂ ਫਿਰਦਾ। ਕਹਿੰਦਾ ਇਹਨੂੰ ਕੱਸੇ ਹੀ ਸੱਟ। ਅੱਛਾ ਜੀ। ਮੈਂ ਕਿਹਾ ਜੀ ਮੈਂ ਜਾਊਗਾ ਤੇ, ਕਹਿੰਦਾ ਭੇਜੂ ਮੈਂ ਆਪੇ ਤੈਨੂੰ, ਇਹਨੂੰ ਸਾਈਕਲ ਨੂੰ ਕੱਸੇ ਹੀ ਸੱਟਦੇ ਬਸ। ਚੱਲ ਕਹਿੰਦਾ ਕਾਹਨੂੰ ਸੁੱਟਣਾ ਉਸ ਦੁਕਾਨ 'ਤੇ ਖੜ੍ਹਾ ਜੀ। ਰਾਜ ਹੁੰਦਾ ਬਹੁਤ ਵੱਡੀ ਦੁਕਾਨ ਸੀ ਨਹਿਰੂ ਦੇ ਬੁੱਤ ਕੋਲ। ਠੀਕ ਹੈ ਜੀ। ਉੱਥੇ ਉਹ ਲੈ ਗਿਆ ਮੈਨੂੰ ਆਪਣੇ ਸਕੂਟਰ 'ਤੇ ਬਿਠਾ ਕੇ। ਉਹਨੂੰ ਕਹਿੰਦਾ ਲੈ ਵੀ ਗੱਲ ਸੁਣੋ, ਐਟਲਸ ਸਾਈਕਲ ਅੱਗ ਵਰਗਾ 4 ਵਜੇ ਨੂੰ ਜੜ ਕੇ ਤਿਆਰ ਹੋਵੇ, ਇਹਦੇ ਮੁੰਡੇ ਨੇ ਲੈ ਕੇ ਜਾਣਾ 5 ਵਜੇ। ਠੀਕ ਹੈ। ਮਤਲਬ ਮਾਸਟਰ ਨੇ ਤੁਹਾਨੂੰ ਗਿਫਟ ਕੀਤਾ ਸੀ? ਹਾਂਜੀ। ਕਹਿੰਦਾ ਇਹ ਜੋ ਵੀ ਕਹੇ, ਟੋਕਰੀ ਲਾਉਣੀ ਹੈ, ਜਿੰਦਾ ਲਾਉਣਾ, ਕੋਈ ਹੋਰ ਲਾਉਣਾ, ਇਹਨੂੰ ਐਂ ਨਾ ਮੋੜੀ ਵੀ ਆਹ ਚੀਜ਼ ਲਾਉਣੀ, ਉਹ ਮੇਰੇ ਖਾਤੇ 'ਚ ਲਿਖਣੀ ਕਿੰਨੇ ਦਾ ਵੀ ਹੈ। ਮਤਲਬ ਤੁਹਾਨੂੰ ਬੈਸਟ ਟੀਚਰ ਹੀ ਪਈ ਹੈ ਤੁਹਾਡੇ ਜੀ? ਬੜੀ। ਕੋਈ ਉਹ ਚੀਜ਼ ਦੱਸੋ ਸਾਨੂੰ ਜਿਹੜੀ ਕਿਸੇ ਗਲਤੀ ਪਿੱਛੇ ਤੁਹਾਡੇ ਕੁੱਟ ਪਈ ਹੋਵੇ। ਗਲਤੀ ਪਿੱਛੇ ਕਿਹਾ, ਅਸੀਂ 2 ਜਣੇ ਸੀ, ਛੇਤਰੋ ਛੇਤਰੀ ਹੋਈ ਜਾਂਦੇ ਸੀ। ਅੱਛਾ ਜੀ। ਮਾਸਟਰ ਕਲਤਾਰ ਹੁੰਦਾ ਬਿਰਕ। ਅੱਛਾ ਜੀ। ਉਹ ਦਰਵਾਜ਼ੇ 'ਤੇ ਖੜ੍ਹਾ, ਸਾਨੂੰ ਦੇਖੀ ਗਿਆ ਵੀ ਫਲਾਣੇ ਫਲਾਣੇ ਬੰਦੇ ਨੇ। ਹਾਂਜੀ। ਉਹਨੇ ਸਾਡੀ ਫਿਰ ਆਈ ਸਹੀ ਬਣਾਈ ਦੋਨਾਂ ਦੀ। ਅੱਛਾ ਜੀ। ਉਹ ਤਾਂ ਹਟ ਹੀ ਗਿਆ ਸਕੂਲ 'ਚੋਂ। ਅੱਛਾ ਜੀ। ਮੈਂ ਫਿਰ ਪੜ੍ਹੀ ਗਿਆ, ਉਹ ਫਿਰ ਮੇਰੇ 'ਤੇ ਉੱਤੇ 'ਚ ਗਿਆ ਫਿਰ ਉਹ। ਠੀਕ ਹੈ ਜੀ। ਬਹੁਤ ਵਧੀਆ ਪੜ੍ਹਾਈ ਕਰਵਾਈ ਉਹਨੇ। ਠੀਕ ਹੈ। ਕਹਿੰਦਾ ਵੀ ਵਧੀਆ ਰਿਹਾ ਤੂੰ ਜਿਹੜਾ ਹਟਿਆ ਨਹੀਂ, ਜਿਹੜਾ ਉਹ ਹਟ ਗਿਆ ਕੰਜਰ, ਕਹਿੰਦਾ ਉਹਦੇ ਦਾ ਕਰਮ ਹਾਰ ਗਏ। ਮੈਂ ਕਿਹਾ ਕਰਮ ਮੈਂ ਕਿਹੜਾ ਜੀ ਡਿਪਟੀ ਡਾਇਰੈਕਟਰ ਲੱਗੂੰ ਜੀ, ਮੈਂ 2 ਜਮਾਤਾਂ ਹੋਰ ਪੜ੍ਹ ਜੂੰ, 4 ਪੜ੍ਹ ਜੂੰ। ਚੱਲ ਬਈ ਮਾਸਟਰ ਮੋਹਨ ਲਾਲ ਜੀ ਹੁੰਦੇ ਸ਼ਰਮਾ ਜੀ, ਉਹ ਵੀ ਬਹੁਤ ਅੜਬ ਸੀ, ਐਂ ਸਾਡੇ ਗੁੱਟਾਂ 'ਤੇ ਇੱਥੇ ਡੰਡੇ ਲਾਉਂਦਾ ਉਹ। ਅੱਛਾ ਜੀ। ਜਦੋਂ ਕਿਤੇ ਗਲਤੀ ਹੋ ਜਾਣੀ, ਕਿਉਂ ਮੈਂ ਤਾਂ ਉਹੀ ਹੁਸ਼ਿਆਰ ਸੀ, ਲੀਡਰ ਸੀ। ਅੱਛਾ ਜੀ। ਮਨੀਟਰ ਸੀ ਮੈਂ ਦਿਮਾਗ ਦਾ। ਅਤੇ ਪੰਡਿਤ ਬਿਰਜਲਾਲ ਜੀ ਆ ਕੇ ਸੰਸਕ੍ਰਿਤ ਪੜ੍ਹਾਉਂਦੇ ਹੁੰਦੇ, ਉਹ ਸਭ ਤੋਂ ਪਹਿਲਾਂ ਮੈਨੂੰ ਆ ਕੇ ਕਹਿੰਦੇ ਖੜ੍ਹਾ ਹੋ ਬਈ, ਆ ਸੰਸਕ੍ਰਿਤ ਪੜ੍ਹਾ ਇਹਨਾਂ ਨੂੰ ਸਾਰਿਆਂ ਨੂੰ। ਅੱਛਾ। ਬਾਲਾ ਕਿੰਗ ਮਾਸੀ, ਬਾਲਾ ਕਿੰਗ ਗਾਸੀ ਸ਼ਬਦ ਬੋਲਣੇ, ਫਿਰ ਉਹਨਾਂ ਨੂੰ ਅਰਸ ਦੱਸਣੇ, ਬਾਲਾ ਕਿੰਗ ਮਾਸੀ ਬਾਲਕ ਖੇਡ ਰਿਹਾ ਹੈ, ਬਾਲਾ ਕਿੰਗ ਗਾਸੀ ਬਾਲਕ ਜਾ ਰਿਹਾ ਹੈ, ਪੰਜਾਬੀ ਬਣਾ ਕੇ ਦੱਸਣੀ ਉਹਨਾਂ ਨੂੰ, ਸਮਝਾਉਣੀ। ਉਹ ਆਪ ਕੁਰਸੀ 'ਤੇ ਬੈਠਾ ਰਹਿੰਦਾ, ਕਹਿੰਦਾ ਵੀ ਇਹੀ ਪੜ੍ਹਾਊ, ਇਹੀ ਤੁਹਾਡਾ ਮਨੀਟਰ ਹੈ, ਜਿਹਦੇ ਮਰਜ਼ੀ ਡੰਡਾ ਮਾਰੇ। ਠੀਕ ਹੈ ਜੀ। ਜਿਹਦੇ ਮਰਜ਼ੀ ਇਹ ਲੱਪੜ ਮਾਰੇ, ਤੁਸੀਂ ਕਿਸੇ ਨੂੰ ਗੁੱਸਾ ਨਹੀਂ ਕਰਨਾ ਹੈਗਾ। ਜੇ ਕਲਾਸ 'ਚ ਰੌਲਾ ਪੈਂਦੇ ਤੁਸੀਂ ਕੁੱਟਦੇ ਵੀ ਜਵਾਕਾਂ ਨੂੰ? ਹਾਂ, ਲਾਜ਼ਮੀ। ਮਨੀਟਰ ਦਾ ਕੰਮ ਹੀ ਹੁੰਦਾ ਨਾਲੇ ਸ਼ਿਕਾਇਤ ਲਾਉਣੀ ਟੀਚਰ ਨੂੰ। ਹਾਂ, ਪਹਿਲਾਂ ਸ਼ਿਕਾਇਤ ਪੁੱਛਣਾ, ਦੇਖੋ ਜੀ ਇਹ ਸ਼ਰਾਰਤ ਕਰਦਾ, ਇਹ ਪੜ੍ਹਦਾ ਜਮਾ ਨਹੀਂ, ਪਰਸੋਂ ਜਿਹੜਾ ਮੈਂ ਸਬਕ ਦੱਸਿਆ ਸੀ ਇਹ ਅੱਜ ਤੱਕ ਨਹੀਂ ਕਰਕੇ ਲਿਆ। ਅੱਛਾ ਜੀ। ਉਹ ਕਹਿੰਦੇ ਵੀ ਛੇਲੇ ਨਹੀਂ ਦੇਖਦਾ ਕੀ ਹੈ, ਖੂਬ ਲਾਉਣੇ ਚਾਟੇ ਵੀ ਇਹ ਕਰਿਆ ਕਿਉਂ ਨਹੀਂ ਤਾਂ ਉਹ ਇਸ ਦਿਨ। ਹਾਂਜੀ ਹਾਂਜੀ। ਸੋ ਬਚਪਨ ਬੀਤ ਗਿਆ। ਬਚਪਨ ਤੋਂ ਬਾਅਦ ਬਰਾੜ ਸਾਹਿਬ ਦੇ 2 ਬੱਚੇ ਸੀ। ਅੱਛਾ ਜੀ। ਉਹ ਅਸੀਂ ਕਢਾਉਂਦੇ ਰਹਿੰਦੇ ਚੱਕ ਕੇ, ਜੋੜੇ ਸੀ ਮੁੰਡੇ ਤੋਂ। ਹਾਂਜੀ ਹਾਂਜੀ। ਉਹ ਇੰਨਾ ਦਿਲ ਆਇਆ ਉਹਨਾਂ ਦਾ, ਉਹ ਮੈਨੂੰ ਮਾਲੀ ਪ੍ਰਮੋਟ ਕਰ ਗਏ। ਅੱਛਾ ਜੀ। ਪੱਕਾ ਕਹਿੰਦੇ ਕਰ, ਮਾਲੀ ਵਾਲਾ ਕੰਮ ਵੀ ਕਰਿਆ ਜੀ? ਹਾਂ, ਕਹਿੰਦੇ ਕਰੋ ਐਸ਼। ਉਹ ਬਦਲੀ ਹੋ ਗਈ ਉਹਨਾਂ ਦੀ, ਮੇਰੀ ਬਦਲੀ ਵੀ ਚੱਕ ਕੇ ਗੁਰਦਾਸਪੁਰ ਦੀ ਠੋਕਤੀ। ਅੱਛਾ ਜੀ। ਕਹਿੰਦੇ ਜਾਓ ਜੀ। ਮੈਂ ਕਿਹਾ ਆ ਲਓ ਜੀ ਰਿਜਾਇਨ।
ਬਾਪੂ ਰਹਿਣ ਵੀ ਜਾਂਦੇ ਨਾਲ ਦੀ, ਯਾਰ ਨਹੀਂ ਜਾਂਦੇ, ਯਾਰ ਨਹੀਂ ਜਾਂਦੇ। ਜਦੋਂ ਬਰਾੜ ਨੂੰ ਲੱਗਿਆ ਪਤਾ, ਉਹ ਆਇਆ, ਪਤਾ ਨਹੀਂ ਉਹ ਮਾਨਸਾ ਦੀ, ਪਤਾ ਨਹੀਂ ਸਰਦੂਲਗੜ੍ਹ ਸੀ, ਉਹਨੂੰ ਪਤਾ ਲੱਗਿਆ, ਉਹ ਆਇਆ ਸਪੈਸ਼ਲ ਘਰੇ ਮੈਨੂੰ ਮਿਲਣ। ਠੀਕ ਹੈ ਜੀ। ਕਹਿੰਦਾ ਦੇਖ ਦਰਸ਼ਨ ਬੇਟੇ ਗੱਲ ਸੁਣ, ਮਹੀਨੇ ਦੋ ਲਾਇਆ, ਦੋ ਮਹੀਨੇ ਬਾਅਦ ਮੈਂ ਤੇਰੀ ਪੋਸਟ ਫੇਰੇ 'ਚ ਚੱਕ ਲਿਆ। ਬਸ ਦੋ ਮਹੀਨੇ ਔਖਾ ਸੌਖਾ ਤੂੰ ਗੁਰਦਾਸਪੁਰ ਜਾਇਆ, ਜਿਹੜੀ ਸਰਕਾਰ ਨੇ ਉੱਥੋਂ ਭੇਜਤੀ, ਇਹ ਤਾਂ ਕਰਨੀ ਪਊ। ਮੈਂ ਕਿਹਾ ਬਰਾੜ ਸਾਹਿਬ ਚਾਹੇ ਹਜ਼ਾਰ ਵਾਰੀ ਕਹਿ ਦਿਓ, ਜਿਹੜੀ ਜਵਾਨ 'ਚੋਂ ਨਿਕਲ ਗਈ ਇਹ ਤਾਂ ਨਿਕਲ ਗਈ। ਬਸ ਬਾਪੂ ਜਿਹੜੀ ਉਦੋਂ ਤਨਖਾਹ ਹੁੰਦੀ ਸੀ ਇਸ ਚੀਜ਼ ਦੀ, ਉਹ ਕਿੰਨੀ ਕੁ ਦਿੰਦੇ ਸੀ? 75 ਰੁਪਏ। ਠੀਕ ਹੈ ਜੀ। ਸਿਰਫ 25 ਰੁਪਏ। ਇਹ ਵੀ ਬਾਪੂ ਬਹੁਤ ਹੁੰਦੇ ਹੋਣ, 25 ਰੁਪਏ ਰੋਜ਼ ਦੇ। ਬਾਪੂ ਤੁਸੀਂ 1 ਰੁਪਈਏ ਨਾਲ ਕਿਤੇ ਮੇਲਾ ਮੂਲਾ, ਮਤਲਬ ਮੈਂ 13 ਆਨਿਆਂ ਨਾਲ, 13 ਆਨਿਆਂ ਨਾਲ ਮਾਸੂਆਣਾ ਵੇਖ ਕੇ। ਠੀਕ ਹੈ ਜੀ। 13 ਆਨਿਆਂ 'ਚੋਂ 3 ਆਨੇ ਮੈਂ ਘਰੇ ਲਿਆਇਆ ਸੀ ਮੋੜ ਕੇ। ਠੀਕ ਹੈ ਜੀ। ਕਾਲੇ ਕਹਿੰਦੇ ਮੇਲੇ ਜਾਂਦੇ, ਇੱਕ 54 ਦਾ ਰਿਓੜੀਆਂ ਝੋਲੀ 'ਚ ਪਾ ਦਿੰਦੇ ਉਹ। ਠੀਕ ਹੈ ਜੀ। ਰਾਹ 'ਚ ਖਾਂਦੇ ਤੁਰੇ ਆਉਂਦੇ, ਮਾਰਦੇ ਫੱਕੇ, ਜਿਹੜੀਆਂ ਬਾਜਿਆਂ ਦੀਆਂ ਛੋਲਿਆਂ ਸੜ ਦੇਣੀਆਂ ਵੀ ਚਲੋ ਖਾਣ ਦੇ ਜਾਣਾ। ਦੇ ਖਰਚੇ ਸੀਗੇ। ਹਾਂਜੀ। ਉਹ ਕਿਸ ਚੀਜ਼ 'ਤੇ ਖਰਚੇ ਸੀ ਜੀ? 10 ਆਨੇ 96 ਤਾਂਗੇ ਜੀ। ਠੀਕ ਹੈ ਜੀ। 4 ਆਨੇ ਜਾਣ, 4 ਆਨੇ ਆਉਣ, ਪ੍ਰਸ਼ਾਦਾ ਪਾਣੀ ਲੰਗਰ 'ਚ। ਹਾਂਜੀ। ਆਉਂਦੇ ਹੋਏ ਜਿਹੜਾ ਜਲੇਬੀਆਂ ਜਾਂ ਕੁਛ ਹੋਰ ਘਰ ਵਾਸਤੇ ਲਏ, ਉਹ ਖਰਚਾ 96 ਤਾਂਗੇ ਜੀ, 54 ਆਉਣ ਦੀ ਹੁੰਦੀ, 54 ਜਾਣ ਦੀ ਮਾਸੂਆਣਾ ਸਾਹਿਬ। ਹਾਂਜੀ। ਕਿਉਂਕਿ ਕੱਲ੍ਹ ਦੀਆਂ ਗੱਲਾਂ ਨੇ, 40 ਪੈਸੇ ਬਰਨਾਲੇ ਹੁੰਦੇ, ਜਿਹੜੇ ਅੱਜ 20 ਰੁਪਏ ਹੋਏ ਖੜੇ ਨੇ। ਹੁਣ ਤਾਂ ਵੱਧ ਹੋ ਗਏ, 40 ਹੋਏ ਹੋਣਗੇ। ਆ 40 ਹੁਣ ਉਹ 40 ਬਣ ਗਏ, 40 ਪੈਸਿਆਂ 'ਚ ਅਸੀਂ ਬਰਨਾਲੇ ਜਾਂਦੇ ਹੋਏ। ਸਹੀ ਗੱਲ ਹੈ ਜੀ। ਸੋ ਇਹਦਾ ਮਹਿੰਗਾਈ ਹੈ, ਦਿਨੋਂ ਦਿਨ ਵੱਧਦੀ ਤੁਰੀ ਜਾਂਦੀ ਹੈ। ਹੁਣ ਤਾਂ 200 ਰੁਪਏ 'ਚ ਨਹੀਂ ਮਾਸੂਆਣਾ ਦੇਖਿਆ ਜਾਂਦਾ, ਮੈਂ 13 ਆਨਿਆਂ 'ਚ ਦੇਖ ਕੇ ਆਇਆ। ਠੀਕ। ਕਿਉਂਕਿ ਉਦੋਂ ਚੀਜ਼ਾਂ ਬਹੁਤ ਮਿਲ ਜਾਂਦੀਆਂ ਸੀ, ਪੈਸਾ ਘੱਟ ਸੀ, ਚੀਜ਼ਾਂ ਆਮ ਸੀ, ਘਿਓ ਦੇਸੀ ਹੋਰ। ਸਾਡੇ ਘਰੇ ਸਾਡੀ ਮਾਤਾ ਜੀ, ਸਾਡੇ ਚਾਚੇ ਤਾਇਆਂ ਦੀਆਂ ਮੈਸਾਂ ਅਤੇ ਹੋਰ, ਉਹ ਦੁੱਧ ਚੋਂਦੀਆਂ ਥੱਕ ਜਾਂਦੀਆਂ। ਹਾਂਜੀ। ਘਿਓ ਵਾਲੇ ਤਪਲੇ ਕੁੱਜੇ ਬੁੜੀਆਂ ਦੇ ਸਾਹਮਣੇ ਹੋਏ, ਅਜੇ ਤੱਕ ਵੀ ਸਾਡੇ ਘਰੇ ਪਏ ਨੇ, ਮੇਰੀ ਦਾਦੀ ਦੇ ਸਾਹਮਣੇ ਹੋਏ, ਕਿਉਂਕਿ ਉਹਨਾਂ ਜ਼ਮਾਨਿਆਂ 'ਚ ਸਾਡੇ ਘਰੇ ਰੌਣਕ ਸੀ। ਹਾਂਜੀ। ਅਸੀਂ ਮੋਤੀ ਕੇ ਵੱਜਦੇ ਹਾਂ। ਅੱਛਾ ਜੀ। ਮੋਤੀ ਕੇ ਕਿਉਂ ਵੱਜਦੇ ਹਾਂ? ਮਹਾਰਾਜ ਹੀਰਾ ਸਿੰਘ ਨਾਭਾ ਧਨੌਲੇ ਆਇਆ। ਅੱਛਾ ਜੀ। ਉਹਨੇ ਵਿਗਾੜ ਵਾਸਤੇ ਕਹਿਤਾ ਵੀ ਜਾਓ ਲਿਆਓ ਕੋਈ ਦੋ ਬੰਦੇ ਫੜ ਕੇ, ਉਹ ਸਾਡੇ ਬੁੜੇ ਮੋਤੀ ਕੋਲ ਆ ਗਿਆ। ਅੱਛਾ ਜੀ। ਕਹਿੰਦਾ ਯਾਰ ਵੀ ਹੋਈ ਨਾਭੇ ਨੂੰ ਜਾਣਾ ਹੈ। ਕਹਿੰਦਾ ਜੀ ਆਹ ਜੁੱਤੀ ਦੀ ਅੱਡੀ ਲਾਉਣ ਵਾਲੀ ਰਹਿੰਦੀ ਹੈ, ਮੈਂ 2 ਤੋਪੇ ਲਾ ਦਿਆਂ ਫਿਰ ਵਗ ਚੱਲਦੇ ਹਾਂ। ਉਹ ਕਹਿੰਦਾ ਤੂੰ ਜੁੱਤੀ ਜਾਤੀ ਨਹੀਂ ਹੋਏ, ਭੈਣ ਚੋਂ ਫਲਾਣਾ ਢਿਮਕਾ ਗਾਲਾਂ ਕੱਢੀਆਂ ਉਹਨੇ। ਅੱਛਾ ਜੀ। ਉਹ ਹੱਥ ਬੰਨ ਕੇ ਕਹਿੰਦਾ ਤੇਰੇ ਹੱਥ ਸਰਕਾਰ ਦੀ ਛੱਟੀ ਹੈ, ਕਹਿ ਲੈ ਭਾਈ ਜਿਹੜਾ ਕੁਛ ਕਹਿਣਾ। ਉਹਨੇ ਜਾਣੇ ਆਪਣੀ ਜਿਹੜੀ ਹੱਥ ਛੱਟੀ ਸੀ ਉਹਨੇ ਪਰੇ ਧਰਤੀ। ਕਹਿੰਦਾ ਸਰਕਾਰ ਦੀ ਛੱਟੀ ਦਾ ਪਰੇ ਧਰਤੀ ਮੈਂ, ਲੈ ਕਰ ਲੈ ਜਿਹੜਾ ਕੁਛ ਕਰਨਾ। ਸਾਡੇ ਬੁੜੇ ਮੋਤੀ ਨੇ ਫਲੀਆਂ 2 ਮਾਰੀਆਂ ਚਤਰਾਂ ਦੇ ਛੱਕ ਕੇ ਛੇਤੇ ਪੂਰਾ ਹੀ। ਹਾਂ। ਕਹਿੰਦਾ ਲੈ ਕਰ ਲੈ ਜਿਹੜਾ ਕੁਛ ਕਰਨਾ। ਉਹਨੇ ਜਾ ਕੇ ਮਹਾਰਾਜ ਹੀਰਾ ਸਿੰਘ ਨੂੰ ਸ਼ਿਕਾਇਤ ਕਰਤੀ ਵੀ ਮਹਾਰਾਜ ਐਂ ਹੋਈ। ਕਹਿੰਦਾ ਬੁਲਾਓ ਇਹਨੂੰ ਕਿੱਥੇ। ਅੱਛਾ ਜੀ। ਹੋਰ ਸਿਪਾਹੀ ਆ ਗਿਆ, ਕਹਿੰਦਾ ਚੱਲ ਬਈ ਪੇਸ਼ੀ ਆ ਤੇਰੀ ਬਾਗ 'ਚ। ਮਹਾਰਾਜ ਆਇਆ ਬੈਠਾ, ਜਾ ਕੇ ਪੇਸ਼ ਹੋ ਗਏ। ਹਾਂਜੀ। ਕਹਿੰਦੇ ਕਿਉਂ ਬਈ ਤਾਂ ਸਾਡਾ ਸਿਪਾਹੀ ਕੁੱਟਿਆ? ਅੱਛਾ ਜੀ। ਕਹਿੰਦਾ ਜੀ ਪਹਿਲਾਂ ਇਹਨੂੰ ਪੁੱਛ ਲਓ। ਕਹਿੰਦੇ ਦੱਸ ਬਈ। ਕਹਿੰਦੇ ਜੀ ਮੇਰੇ ਇਹਨੇ ਫਲੀਆਂ ਮਾਰੀਆਂ, ਮੈਂ ਕੀ ਦੱਸਾਂ। ਕਹਿੰਦਾ ਇਹ ਜਾ ਕੇ ਮੈਨੂੰ ਲੱਗ ਗਿਆ ਕਹਿਣ ਵੀ ਭਾਈ ਬਗਾਰ ਹੈ, ਚੱਲ ਚੱਲੀਏ। ਹਾਂਜੀ। ਕਹਿੰਦਾ ਮੈਂ ਇਹਨੂੰ ਕਿਹਾ ਵੀ ਆ ਅੱਡੀਆਂ ਦੇ 2 ਤੋਪੇ ਲੈਣ ਵਾਲੇ ਰਹਿੰਦੇ ਨੇ, ਇਹ ਜੁੱਤੀ ਲੈਣ ਵਾਲਾ ਜੱਟ ਆਊਗਾ, ਉਹ ਮੈਨੂੰ ਹਾਲ ਹਾਲ ਕਰੂ, ਮੈਂ ਆਹ 4 ਤੋਪੇ ਲਾ ਦਿਆਂ। ਹਾਂਜੀ। ਆਪਾਂ ਵਗ ਚੱਲਦੇ ਹਾਂ।
ਇਹਨੇ ਮੈਨੂੰ ਪੰਜ ਚਾਰ ਕੱਢੀਆਂ ਗਾਲਾਂ। ਅੱਛਾ ਜੀ। ਮੈਂ ਇਹਨੂੰ ਹੱਥ ਬੰਨ ਕੇ ਕਿਹਾ ਵੀ ਤੇਰੇ ਹੱਥ 'ਚ ਸਰਕਾਰ ਦੀ ਛੱਟੀ ਹੈ, ਕਹਿ ਲੈ ਭਾਈ ਕੱਢ ਲੈ ਗਾਲਾਂ, ਹੁਕ ਮੈਂ ਕੀ ਕਰ ਸਕਦਾ। ਕਹਿੰਦਾ ਜੀ ਇਹਨੇ ਤੁਹਾਡੀ ਵੀ ਆਹ ਹੀ ਰਸਮ ਦੀ ਛੱਟੀ, ਆਹ ਮੈਂ ਧਰਤੀ ਭਰੀ। ਅੱਛਾ ਜੀ। ਇਹਨੇ ਪਰੇ ਧਰਤੀ ਮੈਂ ਫੜੀਆਂ ਨਾ ਗਾਹ ਪਾ ਦਿੱਤਾ, ਜਿੰਨੀਆਂ ਮੇਰੇ ਤੋਂ ਬੱਜੀਆਂ ਅਤੇ ਮੈਂ ਮਾਰੀਆਂ। ਹਾਂਜੀ। ਕਹਿੰਦਾ ਐਂ ਕਰੋ ਜੀ। ਕਹਿੰਦਾ ਹਾਂਜੀ। ਉਦੋਂ ਪੰਜ ਰੁਪਈਏ ਬਹੁਤ ਵੱਡੀ ਚੀਜ਼ ਸੀ। ਅੱਛਾ ਜੀ। ਕਹਿੰਦਾ ਪੰਜ ਰੁਪਈਏ ਬੜੋ ਨਾਮ ਦੇ। ਅੱਛਾ ਜੀ। ਗਲਤੀ ਤੇਰੀ, ਤੂੰ ਕੱਢਦਾ ਬੜੋ 'ਚ। ਅੱਛਾ। ਸਾਡੇ ਬੜੋ ਨੂੰ ਤੁਸੀਂ ਉਦੋਂ ਦੇ ਹੁਣ ਜਿਹੜੇ ਸਾਡੇ ਖੇਤਾਂ 'ਚ ਆਮ ਕਹਿੰਦੇ ਨੇ। ਕਹਿੰਦੇ ਉਹ ਮੋਤੀ ਕੇ ਆ ਗਏ ਇਹਨਾਂ ਕੋਲ, ਫਲੀ ਮਾਰਨ ਘੋੜੀ ਨਹੀਂ ਹੈ, ਇਹਨਾਂ ਨਸ਼ੇੜਿਓ ਗੰਜਣ ਦੇ ਮੋਤੀ ਕੇ ਦਾ। ਮੈਂ ਇਹਨਾਂ ਦਾ ਪਤਾ ਨਹੀਂ ਕਦੋਂ ਚਿੰਬੜ ਜਾ ਰਹੇ। ਸੋ ਉਦੋਂ ਨੇ ਸੀ ਸਾਡਾ ਲਾਣਾ ਜਿਹੜਾ ਉਹ ਮੋਤੀ ਕਾ ਬਾਈ ਹੈ। ਬਾਪੂ ਕਦੇ ਘਰਦਿਆਂ ਤੋਂ ਤੁਹਾਡੇ ਕੁੱਟ ਪਈ ਹੋਵੇ ਕਿਸੇ ਚੀਜ਼ ਪਿੱਛੇ ਵੀ ਅਸੀਂ ਆਹ ਚੀਜ਼ ਲੈਣੀ ਹੈਗੀ? ਹਾਂਜੀ, ਵੀ ਸ਼ੌਂਕ ਹੁੰਦੇ ਮਤਲਬ ਜਵਾਕਾਂ ਦੇ ਹੁੰਦੀਆਂ ਨੇ ਚੀਜ਼ਾਂ ਮੈਂ ਲੈਣੀਆਂ, ਜਿਹਦੇ ਹੁੰਦੀ ਹੈ ਜਿਹੜੀ? ਨਾ ਜੀ ਨਾ, ਸ਼ੌਂਕ ਸੀ ਚੋਰੀ ਦਾ। ਅੱਛਾ ਜੀ, ਵੱਡੇ ਸ਼ੌਂਕ ਪਾ ਰਹੇ ਤੁਸੀਂ। ਵੱਡੇ ਸ਼ੌਂਕ ਸੀ ਘਰਦਿਆਂ ਦੇ, ਰੁਪਈਏ ਪਏ ਅਸੀਂ ਬਾਹਲੇ ਨਹੀਂ ਛੇੜੇ, ਉਹ 'ਚੋਂ 20 ਰੁਪਈਏ ਕੱਢ ਲਏ। ਅੱਛਾ ਜੀ। ਵੀ 20 ਬਹੁਤ ਨੇ ਆਪਾਂ। ਕਿੰਨੀ ਉਮਰ ਦੇ ਸੀ ਤੁਸੀਂ? ਉਦੋਂ ਹੋਵਾਂਗੇ ਮੇਰਾ ਖੇਲ ਦਸਵੇਂ ਗਿਆਰਵੇਂ ਸਾਲ 'ਚ। ਅੱਛਾ ਜੀ। 20 ਰੁਪਈਏ ਕੱਢ ਕੇ ਜੇਬ 'ਚ ਬਾਹਲੇ, ਬਾਕੀ ਰਕਮ ਉੱਥੀ ਵੀ ਪਈ ਰਹਿਣ। ਕਿੰਨੀ ਪਈ ਸੀ ਇਹ ਨਹੀਂ, ਮੈਂ ਨਹੀਂ ਗਿਣੀ ਹੈ। ਅੱਛਾ ਜੀ। ਅਤੇ ਆਪਾਂ ਤਾਂ ਆਪਣੇ ਜੋਗੀ ਜਿੰਨੀ ਆਪਾਂ ਨੂੰ ਚੋਰੀ ਕਰਨੀ ਸੀ ਕਰਨੀ, ਪੀਣ ਦੀ ਉਹਨੇ ਕੱਢ ਲਈ, ਉਹਨੇ ਕਰ ਲਈ, ਖੰਡ ਖੁੰਡ ਲੈ ਲਈ, ਮਿੱਠਾ ਪਾਣੀ ਕਰ ਲਿਆ, ਹੋਰ ਕਰ ਲਿਆ। ਚਲੋ ਜੀ, ਉਹ ਜਦੋਂ ਹੱਥ ਨੇ ਪਤਾ ਲੱਗਿਆ, ਮਾਈ ਨੇ ਕਿਤੇ ਸੰਦੂਕ ਸਾਹਿਬ ਖੋਲ੍ਹਿਆ। ਅੱਛਾ ਜੀ। ਵੀ ਇਹ ਕੀ ਗੱਲ ਹੋਈ, ਪੈਸੇ ਕਿੱਧਰ ਗਏ? ਫਿਰ ਵੱਡੇ ਭਰਾਵਾਂ ਤੋਂ, ਦੋਨਾਂ ਤਿੰਨਾਂ ਤੋਂ ਉਹਨਾਂ ਨੇ ਖੂਬ ਫੈਂਟ ਕੀਤੀ ਸਭ ਮੇਰੀ, ਜਿੰਨੀ ਵੀ ਉਹਨਾਂ ਤੋਂ ਹੋਈ, ਵੀ ਤਾਂ ਹੀ ਪੈਸੇ ਕਿਉਂ ਕੱਢੇ? ਮੈਂ ਕਿਹਾ ਦੇਖੋ ਗੱਲ ਸੁਣੋ, ਮੈਨੂੰ ਮਾਰ ਦਿਓ, ਮੈਂ ਤਾਂ 20 ਰੁਪਈਆ ਜੋਗੇ ਕੱਢੇ ਨੇ, ਬਾਕੀ ਤੁਹਾਡੇ ਪੈਸਿਆਂ ਨੂੰ ਹੱਥ ਨਹੀਂ ਲਾਇਆ ਮੈਂ, ਜੇ ਬਾਕੀ ਛੇੜੇ ਤਾਂ ਮੈਨੂੰ ਜੋ ਮਰਜ਼ੀ ਕਰ ਦਿਓ। ਚਲੋ ਕੁੱਟ ਕੱਟ ਕੇ ਹਟ ਗਏ ਵਿਚਾਰੇ, ਵੀ ਹੋਰ ਕੀ ਕਰਾਂਗੇ, ਤਾਂ ਪੜ੍ਹਾਈ ਕਰਦੇ ਰਹੇ, ਇਲਤਾਂ ਕਰਦੇ ਰਹੇ, ਪਰ ਮੈਂ ਆਪਣੇ ਆਪ 'ਚ ਹੀ ਰਿਹਾ, ਬਾਹਲੀ ਇਲਤ ਨਹੀਂ ਕਰੀ, ਕਿਉਂਕਿ ਮਾਸਟਰ ਹੀ ਬੜਾ ਮਾਣ ਸਨਮਾਨ ਦਿੰਦੇ ਸੀ। ਤੁਹਾਡੇ ਦੋਸਤ ਕਿੰਨੇ ਸੀ ਜਿਹੜੇ ਵਧੀਆ ਮਿੱਤਰ ਹੁੰਦੇ ਨੇ ਜਿਹੜੇ? ਵਧੀਆ ਮਿੱਤਰ ਤਾਂ ਸਾਰੇ ਆਪੋ ਆਪਣੇ ਕਾਰੋਬਾਰਾਂ 'ਤੇ ਲੱਗੇ ਹੋਏ ਨੇ, ਉਹਨਾਂ ਦੇ ਵਿੱਚੋਂ ਇਕੱਲਾ ਮੈਂ ਜਦੋਂ ਛੋਟੇ ਹੁੰਦੇ ਸੀਗੇ, ਕਲਾਸ 'ਚ ਪੜ੍ਹਦੇ ਸੀ। ਹਾਂ, ਕਲਾਸ 'ਚ ਪੜ੍ਹਦੇ ਤਾਂ ਪਹਿਲਾਂ ਦੋ ਮਿੱਤਰ ਹੁੰਦੇ ਆ ਜਿਹਨਾਂ ਆਪਾਂ ਵਧੀਆ ਰਹਿੰਦੇ ਸਹਿੰਦੇ ਹਾਂ ਜੀ। ਬਾਲਾ ਸਿੰਘ ਬਹੁਤ ਸੋਹਣਾ ਮਿੱਤਰ ਸੀ ਸਾਡੇ ਨਵੀਂ ਵਾਸੀ 'ਚੋਂ। ਕਿੱਥੋਂ ਦਾ ਸੀ? ਨਵੀਂ ਵਾਸੀ 'ਚੋਂ। ਅੱਛਾ ਜੀ। ਗੁਰਮੀਤ ਸਿੰਘ ਜਮੰਦਾ ਪਿੰਡੀ ਜਮੰਦਾ 'ਚੋਂ ਸੀ। ਅੱਛਾ ਜੀ। ਉਹ ਵੀ ਬਹੁਤ ਸੋਹਣੇ ਮਿੱਤਰ ਸੀ। ਠੀਕ ਹੈ ਜੀ। ਅਸੀਂ ਆਪ ਸਮੇਂ ਜੇ ਕੋਈ ਚੀਜ਼ ਲੈਂਦੇ ਤਾਂ ਵੰਡ ਕੇ ਖਾਂਦੇ। ਹਾਂਜੀ। ਸੁਖਦੇਵ ਸਿੰਘ, ਦਲੀਪ ਸਿੰਘ ਅਤੇ ਹੋਰ ਕਈ, ਮਾਸਟਰ ਖੁਸ਼ੀ ਰਾਮ ਜੀ, ਹਾਂਜੀ, ਮਾਸਟਰ ਲੱਗੇ ਹੋਏ ਨੇ ਹੁਣ, ਮਗਰ ਇਹ ਸਾਰੇ ਅਸੀਂ ਦੋਸਤ ਹੁੰਦੇ 15-20 ਮੁੰਡੇ। ਅੱਛਾ ਜੀ। ਉਹ ਲਾਲਾ ਲਾਲਾ ਵੀ ਕਰਨ ਦੇ ਜੇ ਕਿਤੇ ਕਰਨ ਦੇ, ਉਦੋਂ ਸ਼ਾਸਤਰੀ ਹੁੰਦਾ ਆਪਣੇ ਹੈਡ ਮਾਸਟਰ। ਅੱਛਾ ਜੀ। ਬੜੀ ਪਰਖ ਵਾਲਾ ਬੰਦਾ ਸੀ, ਉਹ ਬ੍ਰਾਹਮਣ ਸੀ ਬੜੇ ਸਕੂਲ 'ਚ, ਕਿਉਂ ਸਕੂਲ ਹਾਈ ਸਕੂਲ ਸਾਡੇ ਧਨੌਲੇ ਸੀ। ਅੱਛਾ ਜੀ। ਉਹ ਵੀ ਕਿਉਂ ਬਣੇ? ਜਿਹੜਾ ਮਹਾਰਾਜ ਦਾ ਵਜ਼ੀਰ ਸੀ, ਪ੍ਰਧਾਨ ਵਜ਼ੀਰ ਗਿਆਨ ਨਾਥ ਸੀ, ਉਹ ਗਿਆਨ ਨਾਥ ਸਾਡੇ ਪਿੰਡ ਧਨੌਲੇ ਦਾ ਸੀ। ਅੱਛਾ ਜੀ। ਉਹਨੇ ਤਿੰਨ ਚੀਜ਼ਾਂ ਸਾਡੇ ਪਿੰਡ ਸਭ ਤੋਂ ਪਹਿਲਾਂ ਬਚਾਈਆਂ, ਦਾਣਾ ਮੰਡੀ, ਹਸਪਤਾਲ, ਡੰਗਰਾਂ ਦਾ ਹਸਪਤਾਲ, ਬੰਦਿਆਂ ਦਾ ਹਸਪਤਾਲ, ਸਰਕਾਰੀ ਵੱਡਾ ਸਕੂਲ। ਇਹ ਚਾਰੇ ਨੀਂਹ ਪੱਥਰ ਇੱਕੇ ਦਿਨ ਦੇ ਰਾਏ ਬਹਾਦਰ ਗਿਆਨ ਨਾਥ ਦੇ ਧਰੇ ਹੋਏ ਨੇ ਸਨ 1936 ਚੋਂ। ਠੀਕ ਹੈ। ਆਹ ਲਵੇ ਲਾਉਣੇ ਕਿਤੇ ਦਸਵੀਂ ਦਾ ਸਕੂਲ ਨਹੀਂ ਸੀ, ਆਹ ਢੱਡਰੀਆਂ ਵਗੈਰਾ ਹੋਰ ਭੱਠਲਾਂ, ਬਹੁਤ ਦੂਰ ਦੂਰ ਦੇ ਮੁੰਡੇ ਸਾਡੇ ਕੋਲ ਇੱਥੇ ਪੜ੍ਹਨ ਆਉਂਦੇ ਦਸਵੀਂ 'ਚ।
ਉਹਦਾ ਜਿਹੜਾ ਮਾਸਟਰ ਸੀ ਸਾਡਾ ਹੈਡ ਮਾਸਟਰ ਪੰਡਿਤ, ਉਹ ਦੂਰੋਂ ਦੇਖ ਕੇ ਦੱਸਦਾ ਵੀ ਉਹ ਮੁੰਡਾ ਨਹਾਤਾ ਨਹੀਂ ਹੈ, ਐਡਾ ਪਾਰਖੂ ਸੀ, ਇੰਨੀ ਪਾਰਖ ਸੀ, ਜਿਹੜਾ ਨਹਾਉਂਦਾ ਨਹੀਂ ਉਹਦੇ ਕੁੱਟ ਪੈਂਦੀ ਸੀ, ਹਾਂ ਗਲ 'ਚ ਗਲ 'ਚ ਖੂੰਡੀ ਪਾਉਂਦਾ ਉਹ। ਅੱਛਾ ਜੀ, ਖੂੰਡੀ ਖੂੰਡੀ ਵਾਲਾ ਕਹਿੰਦੇ ਹੁੰਦੇ ਉਹਨੂੰ ਸੀ, ਵੀ ਖੂੰਡੀ ਵਾਲਾ ਉੱਠ ਖੜਿਆ ਵੀ ਅੱਜ ਦੇਖੋ ਕਿਹਦੇ ਤੱਕ ਆਪਾਂ ਚੜ੍ਹਨਾ। ਕੋਈ ਦਿਨ ਉਹ ਵੀ ਆਇਆ ਹੋ, ਤੁਸੀਂ ਨਹੀਂ ਨਹਾ ਕੇ ਗਏ ਹੋਣੇ? ਹਾਂ, ਮੈਂ ਤੁਰਿਆ ਆਉਂਦਾ ਉਹ, ਮੈਂ ਜਾਂਦਾ। ਅੱਛਾ ਜੀ, ਉਹ ਕਹਿੰਦਾ ਉਰਿਆ ਉਰੇ, ਮੈਂ ਕਿਹਾ ਹਾਂ ਜੀ, ਕਹਿੰਦਾ ਅੱਜ ਸਿੱਧਾ ਹੀ ਤੁਰਿਆ ਉਰੇ। ਅੱਛਾ ਜੀ, ਮੈਂ ਕਿਹਾ ਹੋਰ ਜੀ ਉਹਨੂੰ ਸਕੂਲ ਜਾਂਦਾ, ਸਿੱਧਾ ਹੀ ਆਉਣਾ ਜੀ, ਮੈਂ ਹੋਰ ਪੁੱਠਾ ਤੁਰਾ ਕੇ। ਕਹਿੰਦਾ ਮੈਂ ਕਿਹੋ ਜਿਹਾ? ਅੱਛਾ ਜੀ, ਘਰ ਨੂੰ। ਮੈਂ ਕਿਹਾ ਕਿਉਂ ਜੀ? ਕਹਿੰਦਾ ਨਾ ਕੇ ਆ। ਚੱਲ, ਮੈਂ ਕਿਹਾ ਤੈਨੂੰ ਕਿਹਨੇ ਦੱਸਤਾ ਵੀ ਅੱਜ ਪੁੱਟਿਆ ਨਹੀਂ ਤੁਹਾਨੂੰ ਫਿਰ? ਨਾ, ਕਹਿੰਦਾ ਬੈਕ ਹੋ ਜਾ। ਅੱਛਾ ਜੀ, ਉੱਥੇ ਸਕੂਲ 'ਚ ਤਾਂ ਆਈ ਨਹਾ ਕੇ, ਨਹੀਂ ਆਈ ਨਾ। ਐਡੀ ਪਾਰਖੂ ਅੱਖ ਸੀ ਉਹਦੀ, ਮਾਸਟਰ ਸਪੂਰਨ ਸਿੰਘ ਹੁੰਦਾ, ਉਹ ਬੱਖੀ ਚੂੰਡੀ ਫੜਦਾ ਇੱਥੇ। ਅੱਛਾ ਜੀ, ਬਸ ਤੂੰ ਐਂ ਸਮਝਦਾ ਬੀੜੇ ਵਾਲਾ ਵਾਂਗੂ ਬੜਾ ਅੱਠ ਪਵਾ ਦਿੰਦਾ ਜਿਹਦੇ ਭਰ ਲੈਂਦਾ ਚੂੰਡੀ, ਵੀ ਕਿਉਂ ਫੇਰ ਕਰੇਗਾ ਗਲਤੀ? ਜਮੰਦਿਆਂ 'ਚੋਂ ਸੀ ਉਹ, ਕਹਿੰਦਾ ਗਲਤੀ ਫੇਰ ਕਰੇਗਾ? ਤਿੰਨ ਵਾਰੀ ਐਂ ਕਹਿੰਦਾ ਕੱਢ ਲਿਖੀਣਾ ਇੱਥੇ। ਅੱਛਾ ਜੀ, ਨਾ ਮੁੜ ਕੇ ਗਲਤੀ ਨਾ ਹੋਵੇ। ਅਸੀਂ ਫਿਰ ਮੁੰਡਿਆਂ ਨੇ ਨਹਿਰਾ ਬਣਾ ਲਿਆ ਵੀ ਹੈਡ ਮਾਸਟਰ ਦੀ ਖੂੰਡੀ, ਸਪੂਰਨ ਸਿੰਘ ਦੀ ਚੂੰਡੀ, ਇੱਕ ਬਰਾਬਰ ਨੇ ਵੀ ਜਿਹਦੇ ਗਲ 'ਚ ਖੂੰਡੀ ਮਾਸਟਰ ਦੀ ਪਈ ਉਹ ਸਮਝ ਲਓ ਵੀ ਅੱਜ ਇਹ ਨਹੀਂ ਬਖਸ਼ਿਆ ਜਾਣਾ। ਠੀਕ ਹੈ ਜੀ, ਜੇ ਕੋਈ ਰਾਹ 'ਚੋਂ ਮੋੜ ਤਾ ਮੇਰੇ ਵਰਗਾ ਤਾਂ ਕੀ ਕਹਿਣਾ, ਉਹਨੂੰ ਕੁਛ ਕਹਿਣਾ ਨਹੀਂ। ਉਹਨੂੰ ਕਹਿੰਦਾ ਨਹਾ ਕੇ ਆਈ, ਚੱਲ ਮੁੜ ਜਾ ਇੱਥੋਂ ਹੀ ਪੁੱਠਾ। ਐਡੇ ਗਾਣੇ ਵਧੀਆ ਉਸ ਟਾਈਮ ਜਿਹੜੀਆਂ ਅਸੀਂ ਜਮਾਤਾਂ ਪਾਸ ਕੀਤੀਆਂ ਨੇ। ਹਾਂਜੀ, ਅੱਜ ਸਾਡੇ ਮੁਕਾਬਲੇ ਜੇ ਕੋਈ ਕਹੇ ਨਾ ਮੈਂ ਡਬਲ ਐੱਮ ਏ ਕੀਤੀ ਹੋਈ ਆ, ਉਹ ਵੀ ਗੱਲ ਨਹੀਂ ਕਰ ਸਕਦਾ। ਸੰਸਕ੍ਰਿਤ ਦੇ ਵਿੱਚ ਕਰ ਲਏ, ਉਰਦੂ 'ਚ ਕਰ ਲਏ, ਅਤੇ ਉਰਦੂ ਦੀ ਮੈਂ ਇੱਕ ਘਟਨਾ ਸੁਣਾਉਣਾ ਤੁਹਾਨੂੰ। ਕਾਲੇ ਗਾਂ ਦਾ ਇੱਕ ਮੁਕੱਦਮਾ ਆ ਗਿਆ, ਦੋਨੇ ਫਰਦਾਂ ਉਰਦੂ ਦੀਆਂ। ਅੱਛਾ ਜੀ, ਹੁਣ ਨਾ ਤਾਂ ਅੱਜ ਦਾ ਜੱਜ ਪੜ੍ਹਨ ਜਾਣੇ, ਵਕੀਲਾਂ ਨੇ ਤਾਂ ਪੜ੍ਹਨਾ ਕੀ ਸੀ? ਠੀਕ ਆ ਜੀ, ਉਹ ਮੇਰਾ ਮਿੱਤਰ ਸੀ, ਸਾਡੇ ਪਿੰਡ ਵਿਆਹਿਆ ਸੀ, ਮੈਂ ਉਹਦੇ ਕੋਲ ਬਹਿੰਦਾ ਖੜ੍ਹਦਾ ਜਦੋਂ ਸਬਜ਼ੀ ਵੇਚਦਾ ਸੀ। ਹਾਂਜੀ, ਉਹਦੇ ਚੱਕੀ ਲੱਗੀ ਹੋਈ ਸੀ ਆਟੇ ਵਾਲੀ। ਅੱਛਾ ਜੀ, ਉਹ ਕਹਿੰਦਾ ਯਾਰ ਗੱਲ ਐਂ ਹੋ ਗਈ। ਮੈਂ ਕਿਹਾ ਚੱਲ ਮੈਂ ਚੱਲਦਾ। ਅੱਛਾ ਜੀ, ਕਹਿੰਦਾ ਤੂੰ ਪੜ੍ਹ ਲੇਗਾ? ਮੈਂ ਕਿਹਾ ਇੱਥੇ ਤੂੰ ਉੱਥੇ ਚੱਲ ਕੇ ਪਤਾ ਲੱਗੂ। ਚੱਲ, ਅਸੀਂ ਸੰਗਰੂਰ ਜਾ ਕੇ ਪੇਸ਼ ਹੋ ਗਏ। ਕਹਿੰਦੇ ਜੇ ਆ ਮੁੰਡਾ ਪੜ੍ਹੂਗਾ। ਅੱਛਾ, ਅਤੇ ਮੇਰੇ ਕਈ ਜੱਜ ਵੀ ਦੇਖੇ, ਵਕੀਲ ਵੀ ਝਾਕਣ ਵੀ ਯਾਰ ਇਹ ਉਰਦੂ ਪੜ੍ਹੂ, ਆਈ ਲਿਬਾਸ ਜਿਵੇਂ ਹੁਣ ਬੈਠਾ ਤੁਹਾਡੇ ਕੋਲ ਮੈਂ। ਅੱਛਾ ਜੀ, ਉਹ ਦੇਖ ਕੇ ਹੈਰਾਨ ਪਰੇਸ਼ਾਨ ਵੀ ਇਹ ਯਾਰ ਉਰਦੂ ਪੜ੍ਹੂਗਾ, ਇਹ ਕਮਾਲ ਹੈ। ਮੈਂ ਕਿਹਾ ਜੀ ਮੈਨੂੰ ਫਰਜ਼ ਦੇ ਦਿਓ, ਮੈਂ ਤੁਹਾਨੂੰ ਦੋਹਾਂ ਤਰ੍ਹਾਂ ਦੇ ਨਾਂ ਦੱਸ ਦੇਣਾ, ਗਾਂਹ ਫੈਸਲੇ ਲੈਣੇ ਨਾ ਲੈਣੇ ਤੁਹਾਡਾ ਕੰਮ ਹੈ, ਜਾਂ ਵਕੀਲਾਂ ਦਾ ਕੰਮ ਹੈ, ਜਾਂ ਜਨਾਬ ਦਾ ਕੰਮ ਹੈ। ਮੈਂ ਤੁਹਾਨੂੰ ਮੋਟਾ ਮੋਟੇ ਉਹ ਦੱਸ ਦੇਣਾ, ਇਹਨਾਂ ਨੂੰ ਲਿਖਾ ਦੇਣਾ ਵੀ ਇਹਦਾ ਆਹ ਪਿਓ ਸੀ, ਇਹਦਾ ਆਹ ਸੀਗਾ, ਇਹਦਾ ਆਹ, ਇਹਦੀ ਆਹ ਇੰਨੀ ਉਹ ਹੈ, ਇਹ ਪੜ੍ਹਾਈ 'ਚ ਕਿੰਨਿਆਂ ਕੁ ਹੈ, ਉਹ ਇੰਨਾ ਕੁ ਮੈਂ ਇਹਨਾਂ ਨੂੰ ਦੱਸ ਸਕਦਾ। ਉਹ ਕਹਿੰਦੇ ਲਿਖਾ ਦੂਜੀ, ਮੈਂ ਵਕੀਲ ਨੂੰ ਸਾਰਾ ਕੁਝ ਲਿਖਿਆ ਤਾ। ਤੁਹਾਨੂੰ ਪੜ੍ਹਨੀ ਆਉਂਦੀ ਸੀ ਉਰਦੂ? ਹਾਂ। ਕਿੱਥੋਂ ਸਿੱਖੀ ਬਾਪੂ? ਉਰਦੂ, ਸੰਸਕ੍ਰਿਤ, ਉਰਦੂ, ਉਰਦੂ ਇੱਥੇ ਮੌਲਵੀਆਂ ਤੋਂ। ਅੱਛਾ ਜੀ, ਮਸੀਤ 'ਚ। ਅੱਛਾ ਜੀ, ਉਹ ਜਦੋਂ ਸਾਰਾ ਪੜ੍ਹ ਕੇ ਉਹਨਾਂ ਨੂੰ ਸੁਣਾ ਤਾ, ਉਹ ਵਕੀਲ ਥੱਲੇ ਉਤਰ ਕੇ ਆਇਆ, ਕਹਿੰਦੇ ਯਾਰ ਤੁਸੀਂ ਇਹ ਇਲਮ ਕਿੱਥੋਂ ਸਿੱਖਿਆ? ਅੱਛਾ ਜੀ, ਮੈਂ ਕਿਹਾ ਤੁਹਾਨੂੰ ਐਂ ਪਤਾ ਹੈ ਵੀ ਜਦੋਂ ਸਾਡੇ ਮੱਕੇ ਦੀ ਹੱਜ ਕਮੇਟੀ ਬਣੀ ਹੈ। ਅੱਛਾ ਜੀ, ਜਿਹੜਾ ਤੁਸੀਂ ਮੱਕਾ ਕਹਿੰਦੇ ਹੋ, ਸਲਾਮ ਦੇ ਲੋਕ ਮੁਸਲਮਾਨ ਵੀਰ, ਉਹ ਜਿਹੜੀ ਹੱਜ ਕਮੇਟੀ ਪਹਿਲੀ ਬਣੀ ਸੀ। ਹਾਂਜੀ, ਕੀ ਤੁਹਾਨੂੰ ਪਤਾ ਵੀ ਉਹਦੇ 'ਚ ਕਿਹੜੇ ਕਿਹੜੇ ਬੰਦੇ ਸੀ? ਅੱਛਾ ਜੀ, ਕਹਿੰਦੇ ਜੀ ਨਾ, ਉਹਦੇ 'ਚ ਮੈਂ ਕਿਹਾ ਸਾਡੇ ਧਨੌਲੇ ਦਾ ਮੌਲਵੀ ਜ਼ਹੂਰ ਦੀਨ
ਪਹਿਲੇ ਨੰਬਰ 'ਤੇ ਸੀ ਹੱਜ ਕਮੇਟੀ ਦਾ ਮੈਂਬਰ। ਠੀਕ ਹੈ। ਜਦੋਂ ਤੁਸੀਂ ਇਹ ਹੱਜ ਕਮੇਟੀ ਬਣਾਈ ਆ ਉੱਥੇ ਹੱਜ ਕਰਨ ਵਾਸਤੇ, ਉਹਦੇ ਵਿੱਚ ਮੌਲਵੀ ਜ਼ਹੂਰ ਦੀਨ ਨਗਰ ਧਨੌਲੇ ਦਾ ਜੰਪੜ ਸੀ। ਠੀਕ ਹੈ। ਕਹਿੰਦੇ ਯਾਰ ਬਹੁਤ ਦੂਰ ਤੱਕ ਖੋਜ ਹੈਗੀ। ਮੈਂ ਕਿਹਾ ਖੋਜ ਕਰਨੀ ਪੈਂਦੀ ਹੈ, ਬੜਾ ਗ੍ਰੰਥਾਂ 'ਚ ਮੱਥੇ ਮਾਰਨੇ ਪੈਂਦੇ ਨੇ, ਬੜਾ ਲੋਕਾਂ ਨੂੰ ਮਿਲਣਾ ਪੈਂਦਾ, ਬੜੇ ਦੂਰ ਦੂਰ ਤੱਕ ਜਾ ਕੇ ਉੱਥੋਂ ਵੀ ਦੇਖਣਾ ਪੈਂਦਾ ਵੀ ਜਿਹੜੀ ਗੱਲ ਮੈਂ ਕਹਿ ਰਿਹਾ ਉਹ ਹੈ ਵੀ ਕਿ ਜਾਂ ਮੈਂ ਉਹ ਮਨ ਘੜਤੀ ਕਰੀ ਜਾਂਦਾ ਗੱਲਾਂ ਇੱਥੇ। ਜੇ ਉਹ ਹੈਗੀ ਤਾਂ ਹੈਗੀ, ਜੇ ਉਹ ਹੈ ਹੀ ਨਹੀਂ, ਹੁਣ ਆਪਾਂ ਬੰਨਾ ਸ਼ਹੀਦਾਂ ਦੇਖਦੇ ਹਾਂ ਅਤੇ ਸਾਹਮਣੇ ਹੈ, ਅੱਖਾਂ ਦੇ ਸਾਹਮਣੇ ਹੈ, ਭਗਤ ਦਸ ਵੀ ਦਾ ਜਿਵੇਂ ਉੱਥੇ ਹੈ। ਜੇ ਅਸੀਂ ਇਹਨੂੰ ਐਂ ਕਹੀਏ ਵੀ ਉੱਥੇ ਸਾਧਾਂ ਦਾ ਡੇਰ ਹੈ, ਕੋਈ ਮੰਨ ਲਉ ਤਾਂ ਕੋਈ ਦਿਖਾ ਚੱਲ ਕੇ। ਸੋ ਜਿਹੜੀ ਚੀਜ਼ ਅੱਖਾਂ ਨਾਲ ਦੇਖੀ ਹੈ, ਅੱਖਾਂ ਮੂਹਰੇ ਪੜ੍ਹੀ ਹੈ, ਸਾਰਾ ਕੁਛ ਕੀਤਾ, ਉਹੀ ਸਾਰਾ ਲੋਕਾਂ ਦੇ ਸਾਹਮਣੇ ਹੈ। ਜਾਤ ਬਰਾਦਰੀ ਬਾਰੇ ਮੈਂ ਤੁਹਾਨੂੰ ਦੱਸ ਹੀ ਦਿੱਤਾ। ਅਤੇ 75 'ਚ ਮੇਰੀ ਸ਼ਾਦੀ ਹੋਈ, ਮੇਰੇ ਘਰ ਵਾਲੀ ਜਿੰਨੀ ਵੀ ਕਹਿੰਦੇ ਹੋ ਉਨੀ ਸਿਆਣੀ ਅਤੇ ਮੇਰੀ ਮਾਂ ਨਾਲੋਂ ਵੀ ਜ਼ਿਆਦਾ ਸਹਿਣ ਸੁਭਾਅ। ਕਿੱਥੇ ਵਿਆਹੇ ਸੀ ਬਾਪੂ ਤੁਸੀਂ? ਮੈਂ ਰੂੜੇ ਕਹਿੰਦੇ ਕੋਲ ਪਿੰਡ ਪੱਖੋ। ਕਿੰਨੀ ਉਮਰ 'ਚ? 75 ਸਨ, 75 'ਚ ਵਿਆਹ ਹੋਇਆ। ਕਿੰਨੀ ਉਮਰ ਸੀ ਤੁਹਾਡੀ ਉਦੋਂ? ਮੇਰੇ ਖਿਆਲ ਹੈ ਦੇਖ ਲਓ 45 ਤੋਂ 46 ਤੋਂ ਲਾ ਕੇ। ਠੀਕ ਹੈ ਜੀ। 46 ਦਾ ਜਨਮ ਹੈ ਮੇਰਾ। ਇੱਕ ਸਾਲ ਬਾਅਦ ਹੱਲਾ ਪੈ ਗਿਆ, ਪਾਕਿਸਤਾਨ ਹਿੰਦੁਸਤਾਨ ਬਣ ਗਿਆ 47 'ਚ। ਅਤੇ 75 'ਚ ਚਾਰ ਭਰਾ ਹੈ ਅਸੀਂ। ਅੱਛਾ ਜੀ। ਚਾਰ ਹੀ ਇੱਕੇ ਘਰ ਵਿਆਹੇ ਹੋਏ ਹਾਂ, ਉਹ ਚਾਰੇ ਭੈਣਾਂ ਨੇ, ਅਸੀਂ ਚਾਰੇ ਭਰਾ। ਇੱਕ ਸਾਡੀ ਭੈਣ ਹੈ, ਉਹ ਸੰਗਰੂਰ ਵਿਆਹੀ ਹੋਈ ਹੈ, ਮੌਜ ਨਾਲ ਬਸਦੇ ਨੇ, ਰਸਦੇ ਨੇ, ਇਸ਼ ਕਰਦੇ ਨੇ। ਅਤੇ ਜਿਹੜੀ ਮੇਰੀ ਗੁੱਡੀ ਹੈ ਉਹ ਬੜਬੜ ਵਿਆਹੀ ਹੋਈ ਹੈ। ਕਿੰਨੀਆਂ ਗੁੱਡੀਆਂ ਬੱਚੇ ਤੁਹਾਡੀ? ਮੇਰੇ ਇੱਕ ਗੁੱਡੀ, 3 ਮੁੰਡੇ। ਠੀਕ ਹੈ ਜੀ। ਵੱਡਾ ਮੁੰਡਾ ਜਿਹੜਾ ਉਹ ਅਪਾਹਜ ਹੈ। ਠੀਕ ਹੈ ਜੀ। 90% ਪੋਲੀਓ ਦਾ ਮਰੀਜ਼ ਹੈ। ਠੀਕ ਹੈ ਜੀ। ਅਤੇ ਉਹਨੂੰ ਸਾਰੇ ਅੱਜ ਤੱਕ ਬੜੇ ਮੈਂਬਰ ਪਾਰਲੀਮੈਂਟ ਬਣੇ, ਪਰ ਸਾਰਿਆਂ ਤੋਂ ਬੈਸਟ ਮੈਂ ਹੁਣ ਤੁਹਾਡੇ ਸਾਹਮਣੇ ਕਹਿਣਾ ਵੀ ਭਗਵੰਤ ਮਾਨ ਹੈ। ਠੀਕ ਹੈ। ਜਿਹਨੇ ਭਗਵੰਤ ਮਾਨ ਨੇ ਇਹਨਾਂ ਦਾ ਦਰਦ ਸਮਝ ਕੇ 150 ਸਾਈਕਲੀ ਦਾ ਪਹਿਲਾਂ ਮੰਡੀ ਹੈ, ਜਿਹਦੇ ਜੋ ਪਹਿਲੇ ਨੰਬਰ 'ਤੇ ਸਾਡੇ ਮੁੰਡੇ ਵਿਕਰਮਜੀਤ ਦਾ ਨਾਮ ਸੀ। ਠੀਕ ਹੈ ਜੀ। ਵੀ ਤੈਨੂੰ ਤਾਂ ਇਹ ਦੇਣੀ ਦੇਣੀ ਹੈ। ਇਹ ਜਿਹੜਾ ਮੁੰਡਾ ਉਹ ਵੱਡਾ ਸੀ ਕਿ ਛੋਟਾ ਸੀ? ਸਭ ਤੋਂ ਵੱਡਾ ਜੀ। ਠੀਕ ਹੈ। ਉਸ ਤੋਂ ਛੋਟਾ ਹੀ ਕੌਣ ਸੀ? ਉਦੋਂ ਛੋਟਾ ਹਰਪ੍ਰੀਤ। ਅੱਛਾ ਜੀ। ਉਦੋਂ ਛੋਟਾ ਕਰਮਜੀਤ। ਠੀਕ ਹੈ ਜੀ। ਉਹ ਕੀ ਕੰਮ ਕਰਦੇ ਨੇ ਬਾਪੂ ਦੋਨੇ? ਉਹ ਰੰਗ ਦਾ ਕੰਮ ਕਰਦੇ ਨੇ। ਠੀਕ ਹੈ ਜੀ। ਵਧੀਆ। ਗੁੜੀਆ ਦਾ ਕੀ ਨਾਮ ਸੀ? ਮੇਰੀ ਦਾ? ਹਾਂਜੀ, ਕ੍ਰਿਸ਼ਨਾ। ਠੀਕ ਹੈ ਜੀ। ਉਹ ਬੜਬੜ ਵਿਆਹੀ ਹੈ। ਅੱਛਾ ਜੀ। ਉਹ ਮੁੰਡਾ ਫੈਕਟਰੀ 'ਚ ਕੰਮ ਕਰਦਾ। ਆਪਾਂ ਜਾ ਕੇ ਵੀ ਆਏ ਸੀ ਉੱਥੇ, ਇੱਟਾਂ ਬਣਾਉਣ ਦਾ। ਹਾਂ, ਇੱਟਾਂ ਬਣਾਉਣ ਦਾ ਕੰਮ ਕਾਰੋਬਾਰ ਕਰਦੇ ਨੇ, ਟਾਇਲ ਫੈਕਟਰੀ 'ਚ। ਉਹ ਵੀ ਵਧੀਆ ਆਪਣਾ ਰੋੜਾ ਰੁੜੀ ਜਾਂਦੇ ਆ, ਅਤੇ ਬੱਕਰੀਆਂ ਦਾ ਇੱਜ਼ਤ ਉਹਨਾਂ ਕੋਲ ਘਰ ਦਾ, ਅਤੇ ਆਪਣਾ ਗੁਜ਼ਾਰਾ ਵਧੀਆ ਕਰੀ ਜਾਂਦੇ ਆ। ਜਾਣੇ ਅੱਜ ਤੱਕ ਗੁੜੀਆ ਦਾ ਕੋਈ ਅਲਾਂਭਾ ਨਹੀਂ ਆਇਆ ਮੇਰੇ ਤੱਕ। ਵਧੀਆ ਜੀ। 12-14 ਸਾਲ ਹੋ ਗਏ ਵਿਆਹੀ ਨੂੰ, ਉਹਨਾਂ ਦਾ ਕੋਈ ਐਂ ਨਹੀਂ ਆਇਆ ਵੀ ਅੱਜ ਮੈਨੂੰ ਘੂਰਿਆ ਜਾਂ ਮੈਨੂੰ ਗਾਲਾਂ ਕੱਢੀਆਂ ਜਾਂ ਮੈਨੂੰ ਸੱਸ ਨੇ ਕੁਛ ਕਹੇ ਤੁਹਾਡਾ, ਕੋਈ ਅਲਾਂਭਾ ਨਹੀਂ ਅੱਜ ਤੱਕ ਉਹਨਾਂ ਦਾ ਆਇਆ। ਬਹੁਤ ਹੀ ਵਧੀਆ ਬੰਦੇ ਨੇ, ਕਿਉਂਕਿ ਜਿਹਦੀ ਧੀ ਸੁਖੀ ਹੈ ਸਾਰਾ ਪਰਿਵਾਰ ਹੀ ਸੁਖੀ ਹੈ, ਜਿਹਦੀ ਧੀ ਦੁਖੀ ਹੈ ਸਾਰਾ ਪਰਿਵਾਰ ਦੁਖੀ ਹੈ। ਸੋ ਆਪਣੀ ਗੁੜੀਆ ਤਾਂ ਮੌਜ ਕਰਦੀ ਹੈ, ਐਸ਼ਾਂ ਕਰਦੀ ਹੈ, ਜਦੋਂ ਜੀ ਕਰਦਾ ਬਸ ਚੜ੍ਹ ਕੇ ਧਨੌਲੇ ਆ ਜਾਂਦੇ ਨੇ। ਇੱਕ ਗੁੜੀਆ ਉਹਦੇ ਕੋਲ 5 ਸਾਲਾਂ ਦੀ, ਇੱਕ ਉਹ ਆਪ ਹੈ, ਜਿੱਦੇ ਕਿਤੇ ਜੀ ਕਰਦਾ ਆ ਜਾਂਦੇ ਨੇ, ਰਾਤ ਕੱਟ ਜਾਂਦੇ ਨੇ ਵਿਚਾਰੇ। ਸੋ ਇਹ ਹੈ ਆਪਣੀ ਹੁਣ ਤੱਕ ਦੀ ਜ਼ਿੰਦਗੀ, ਹੁਣ ਤੁਹਾਡੇ ਨਾਲ ਹਾਂ। ਪਹਿਲਾਂ ਵੀ ਕਵੀਸ਼ਰੀ ਕੀਤੀ, ਕਵੀਸ਼ਰੀ ਹਰੀਮਾਨ ਨਾਲ ਵੀ ਕੀਤੀ, ਇਹਨੂੰ ਮੈਂ ਸਟੇਜ 'ਤੇ ਮੈਂ ਖੜ੍ਹਨ ਸਿਖਾਇਆ ਇਹਨੂੰ। ਅੱਛਾ ਜੀ। ਚੇਲਾ ਇਹ ਹੋ ਗਿਆ ਜਾ ਕੇ
ਮਨ ਦੇ ਵਿੱਚ ਇੱਕ ਜੱਟਵਾਦ ਆਵੜਿਆ। ਅੱਛਾ ਜੀ। ਵੀ ਮੈਂ ਇੱਕ ਚਮੈਰਾਂ ਦਾ ਚੇਲਾ ਬਣਾ, ਚੇਲਾ ਬਣ ਗਿਆ ਜਾ ਕੇ ਬਿਰਜ ਲਾਲ ਦਾ, ਧੌਲੇ ਵਾਲੇ ਦਾ। ਮੈਂ ਕਿਹਾ ਬਣਿਆ ਰਿਹਾ, ਆਪਾਂ ਨੂੰ ਕਿਸ ਰਾਜ ਹੈ, ਜਿਹਦਾ ਮਰਜ਼ੀ ਬਣ। ਅਤੇ ਜਾਣੇ ਵੀ ਸੀਗੇ, ਹਾਂ ਜਾਣੇ ਸਟੇਜ 'ਤੇ ਖੜ੍ਹਦੇ ਨੇ, ਮੈਨੂੰ ਮੈਂ ਸਿਖਾਇਆ। ਮਗਰ ਉਹ ਐਂ ਗਿੱਟਾ ਐਂ ਕਰ ਲੈਂਦਾ, ਮੈਂ ਇਹਦੇ ਗਿੱਠੇ 'ਤੇ ਡੈਂਡ ਕਰ ਲੈਂਦਾ ਵੀ ਇਹਨੂੰ ਸਿੱਧਾ ਕਰੋ, ਬੰਦਿਆਂ ਵਾਂਗੂ ਖੜ੍ਹ, ਬੰਦਿਆਂ ਵਾਂਗੂ ਖੜ੍ਹ। ਹਾਂ, ਕਿੰਨਾ ਟਾਈਮ ਕਰੀਏ ਬਾਪੂ ਕਮਿਸ਼ਰੀ? ਕਮਿਸ਼ਰੀ ਹੁਣ ਤੱਕ ਕਰਦੀ ਹਾਂ ਮੈਂ। ਅੱਛਾ ਜੀ। ਸਨ 67 ਤੋਂ ਸ਼ੁਰੂ ਕੀਤੀ ਹੈ। ਅੱਛਾ ਜੀ। ਹੁਣ ਲਾ ਲਓ ਸਾਹਿਬ ਵੀ ਕਿੰਨੇ ਸਾਲ ਹੋ ਗਏ। ਕਿੱਥੇ ਕਿੱਥੇ ਗਏ ਹੋ ਤੁਸੀਂ ਮਤਲਬ ਇਹ ਕਰਨ? ਕਮਿਸ਼ਰੀ, ਕਮਿਸ਼ਰੀ ਹੁਣ ਜਿਹੜੇ ਮੁੰਡੇ ਮੇਰੇ ਨਾਲ ਨੇ, ਪਹਿਲਾਂ ਤਾਂ ਅਸੀਂ ਸੀਮਿਤ ਦਾਇਰੇ ਸੀ। ਅੱਛਾ ਜੀ। ਕਿਉਂਕਿ ਉਹਨਾਂ ਮੁੰਡਿਆਂ ਕੋਲ ਉਨੀਆਂ ਆਵਾਜ਼ਾਂ ਜਾਂ ਨਾ ਧੜੇਲੇਦਾਰ, ਉਹਨਾਂ ਦਾ ਪਹਿਰਾਵਾ ਰਹਿਣ ਬਹਿਣ ਹੈ ਨਹੀਂ ਸੀ। ਅਤੇ ਲਵੇ ਲਾਉਣੀਆਂ ਨਿਸ਼ਾਣੇ ਬਾਗੇ ਮੇਲੇ ਦੇ ਜੋਗੀ ਪੀਰ ਬਾਗੇ ਇੱਧਰ ਬਾਗੇ ਪੰਜਾਬ ਸੀ। ਹੁਣ ਜਿਹੜੇ ਮੁੰਡੇ ਮੇਰੇ ਨਾਲ ਨੇ ਪੰਡਿਤਾਂ ਦੇ, ਵੱਡੇ ਦਾ ਨਾਂ ਹੈ ਹਰਪ੍ਰੀਤ ਪ੍ਰੀਤ ਪਾਠਕ। ਅੱਛਾ ਜੀ। ਉਦੋਂ ਛੋਟਾ ਹੈ ਮਿੱਠੂ ਪਾਠਕ। ਠੀਕ ਹੈ ਜੀ। ਉਦੋਂ ਸਭ ਤੋਂ ਛੋਟੇ ਦਾ ਨਾਂ ਹੈ ਸਤਨਾਮ ਪਾਠਕ। ਠੀਕ ਹੈ ਜੀ। ਇਹ ਮੁੰਡਿਆਂ ਦੀਆਂ ਬੁਲੰਦ ਆਵਾਜ਼ਾਂ ਨਾਲ ਅਸੀਂ ਪੰਜਾਬ ਹੀ ਨਹੀਂ। ਅੱਛਾ ਜੀ। ਮੇਰਾ ਖਿਆਲ ਹੈ ਵੀ ਹਿੰਦੁਸਤਾਨ ਦੇ ਅੱਜ ਇੱਧਰਲੇ ਸੂਬੇ 'ਚ ਰਹਿੰਦੇ ਹੋਣਗੇ, ਆ ਦੋ ਤਿੰਨ 'ਚ ਅਸੀਂ ਵਿਆਹਾਂ ਸ਼ਾਦੀਆਂ ਦੇ ਪ੍ਰੋਗਰਾਮ ਵੀ ਲਿਆਏ। ਅੱਛਾ ਜੀ। ਰਾਜਸਥਾਨ 'ਚ, ਹਰਿਆਣੇ 'ਚ, ਆਪਣੇ ਵੀ ਇੱਕ ਬਠਿੰਡੇ ਪੁੱਛੋ ਮੰਡੀ ਅਸੀਂ ਬੁਲਾਏ, ਮੁੰਡਾ ਵੀ ਕੈਨੇਡਾ ਤੋਂ ਅਤੇ ਕੁੜੀ ਵੀ ਕੈਨੇਡਾ ਤੋਂ ਆਈ। ਅੱਛਾ ਜੀ। ਜੱਟਾਂ ਦੇ ਬਹੁਤ ਖਾਨਦਾਨੀ ਪਰਿਵਾਰ, ਉਹ ਕਹਿੰਦੇ ਜੀ ਇੱਕ ਤਾਂ ਨਗੋਜਿਆਂ ਵਾਲੇ, ਇੱਕ ਤੁਸੀਂ, ਅਸੀਂ ਤਾਂ ਦੋ ਜਾਣੇ ਸੁਣਨੇ ਹੈ ਅਤੇ ਬਾਕੀ ਡੈਂ ਢਿੱਪ ਟੈਂ ਅਸੀਂ ਨਹੀਂ ਸੁਣਦੇ। ਕਮਿਸ਼ਰੀ ਦਾ ਕੀ ਪੈਸੇ ਦਿੰਦੇ ਸੀ ਜੀ? ਉਹ ਹੁਣ ਹੀ ਦੱਸ ਰਿਹਾ ਮੈਂ ਤੁਹਾਨੂੰ। ਅੱਛਾ ਜੀ। ਅਸੀਂ ਪ੍ਰੋਗਰਾਮ ਲਾਉਣ ਉਸੇ ਬਾਗੇ, ਤਿੰਨੇ ਮੁੰਡੇ ਚੌਥਾ ਮੈਂ, ਜਾ ਕੇ ਅਸੀਂ ਗੱਡੀ ਪੈਲਸ 'ਚ ਬਾਰਤੀ। ਜਦੋਂ ਉਤਰੇ ਉਹ ਕਹਿੰਦੇ ਚਲੋ ਵੀ ਪਹਿਲਾਂ ਚਾਹ ਪੀਓ। ਚਾਹ ਪੀ ਕੇ ਆਪਦਾ ਖਾ ਪੀ ਕੇ ਜਿਹੜਾ ਕੋਈ ਮਰਜ਼ੀ, ਤੁਹਾਨੂੰ ਪਤਾ ਹੀ ਹੈ ਲੱਗੇ ਪਏ ਹੁੰਦੇ ਸਾਰਾ ਕੁਛ ਬਹਿਰਾਂ ਦਾ ਲਾਇਆ ਹੁੰਦਾ, ਅਤੇ ਖਾ ਪੀ ਕੇ ਅਸੀਂ ਜਦੋਂ ਆਨੰਦ ਹੋ ਗਏ, ਕਹਿੰਦੇ ਕਿਉਂ ਵੀ ਤਿਆਰ ਹੋ? ਅਸੀਂ ਕਿਹਾ ਹਾਂਜੀ। ਕਹਿੰਦੇ ਚੜ੍ਹ ਜਾਓ ਸਟੇਜ 'ਤੇ। ਫਿਰ ਡੇਢ ਘੰਟਾ ਸਾਥ ਦੋਨਾਂ ਲਵਾਇਆ, ਡੇਢ ਘੰਟੇ ਬਾਅਦ ਕਹਿੰਦੇ ਜੀ ਹੁਣ ਨਗੋਜੇ ਵਾਲਿਆਂ ਨੂੰ ਛੱਡ ਦਿਓ। ਅਸੀਂ ਆਖਿਆ ਚੰਗਾ ਜੀ। ਕਿੰਨੇ ਪੈਸੇ ਦੇਈਏ ਜੀ? ਇਹ ਦਿਨੇ ਤੁਹਾਡੇ ਨਾਲ ਕਰੀ ਨੇ, ਕਿਉਂਕਿ ਮੋਬਾਈਲ ਇਹਨਾਂ ਮੁੰਡਿਆਂ ਕੋਲ ਸੀ, ਮੇਰੇ ਕੋਲ ਤਾਂ ਹੁਣ ਆਇਆ। ਇਹੀ ਸਾਈ ਕਰਦੇ ਸੀ, ਇਹੀ ਸਭ ਕੁਛ ਕਰਦੇ ਸੀ। ਇਹਨਾਂ ਦਾ ਕਰਿਆ ਸੀ 10,000 ਰੁਪਈਆ। ਅੱਛਾ ਜੀ। ਬਰਾਤ ਵਾਲਿਆਂ ਨੇ ਵੀ ਸਾਨੂੰ ਬਹੁਤ ਮਾਣ ਇੱਜ਼ਤ ਦਿੱਤਾ, ਜਿਹੜੇ ਕੁੜੀ ਵਾਲਿਆਂ ਵੱਲੋਂ ਆਏ ਸੀ ਉਹਨਾਂ ਨੇ ਵੀ ਬਹੁਤ ਮਾਣ ਸਨਮਾਨ ਕੀਤਾ। ਹਾਂਜੀ। 100-100 ਰੁਪਈਆ, 5-5 ਤੱਕ, ਅਤੇ ਉਹਨਾਂ ਨੇ 10,000 ਦੀ ਗੁੱਠੀ ਕੱਢ ਕੇ ਕਹਿੰਦੇ ਲਓ ਜੀ ਖੁਸ਼ ਹੋ? ਅਸੀਂ ਕਿਹਾ ਬਾਗੋ ਬਾਗ। ਕਹਿੰਦੇ ਜੇ ਲਿਜਾਣਾ ਕੁਛ ਭਰ ਲਓ ਲਫਾਫੇ। ਅਸੀਂ ਕਿਹਾ ਐਡੀ ਡਿੱਗੀ ਜ਼ਮੀਰ ਨਹੀਂ ਹੈ ਸਾਡੀ। ਅੱਛਾ ਜੀ। ਜੇ ਅਸੀਂ ਤੁਹਾਡੇ ਕੋਲ ਲੱਡੂ ਵੀ ਚੱਕੀ ਜਾਈਏ, ਇਹ ਨਹੀਂ ਚੱਕਦੇ ਅਸੀਂ। ਅਸੀਂ ਚੱਲਿਆ, ਅਸੀਂ ਆਪਣੇ ਪਿੰਡ ਨੂੰ ਆ ਗਏ। ਇੱਕ ਘਾਵਨਾ ਕੋਲ ਮੈਰਿਜ ਪੈਲਸ ਹੈ, ਉੱਥੇ ਵੀ ਇਵੇਂ ਜਿਵੇਂ ਬੁਲਾਇਆ ਸਾਨੂੰ, ਰਮਦਾਸੀਆਂ ਦਾ ਵਿਆਹ। ਉਹ ਕਹਿੰਦੇ ਜੀ ਅਸੀਂ ਤਾਂ ਸੁਣ ਲਈ ਤੁਹਾਨੂੰ ਹੈ, ਜਿੰਨਾ ਚਿਰ ਅਸੀਂ ਸਟੇਜ 'ਤੇ ਖੜ੍ਹੇ ਰਹੇ ਉਨਾ ਚਿਰ ਉਹ ਬਰਾਤ ਵੇਲੇ ਸਾਰੇ ਸਾਨੂੰ ਸੁਣਦੇ ਰਹੇ। ਜਦੋਂ ਅਸੀਂ ਪ੍ਰੋਗਰਾਮ ਖਤਮ ਕਰਕੇ ਉਹ ਢਿਮਟਾਂ ਵਾਲੇ ਲਾਤੇ, ਸਾਰੀ ਬਰਾਤ ਵਾਲੇ ਉੱਠ ਕੇ ਬਾਹਰ ਸਾਡੇ ਕੋਲ ਆ ਗਏ। ਕਹਿੰਦੇ ਅਸੀਂ ਤਾਂ ਤੁਹਾਨੂੰ ਸੁਣਦੇ